ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਕਿ ਦੇਸ਼ ਵਿਦੇਸ਼ ਅਤੇ ਦੂਰ ਦੁਰਾਡਿਓਂ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਇਸ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ਼੍ਰੀ ਗੁਰੂ ਰਾਮਦਾਸ ਜੀ ਜੋ ਬਚਪਨ ਵਿੱਚ ਹੀ ਯਤੀਮ ਹੋ ਗਏ, ਕੋਈ ਨਹੀਂ ਸੀ ਜਾਣਦਾ ਕਿ ਇਹ ਅਨਾਥ ਬਾਲਕ ਗਰੀਬਾਂ ਅਨਾਥਾਂ ਅਤੇ ਬੇਸਹਾਰਾਂ ਦਾ ਸਹਾਰਾ ਬਣੇਗਾ। ਅੱਜ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਹੀ ਸਿੱਖ ਸੰਗਤਾਂ ਇਸ ਸਥਾਨ 'ਤੇ ਦਰਸ਼ਨ ਦੀਦਾਰ ਕਰਨ ਅਤੇ ਨਤਮਸਤਕ ਹੋਣ ਲਈ ਆਉਂਦੀਆਂ ਹਨ। ਇਸ ਪਵਿੱਤਰ ਧਰਤੀ 'ਤੇ ਸਥਾਪਿਤ ਹੈ ਸਿੱਖੀ ਦੀ ਟਕਸਾਲ ਸੈਂਟਰਲ ਖਾਲਸਾ ਯਤੀਮਖਾਨਾ, ਜਿਸ ਦੀ ਸਥਾਪਨਾ ਸੰਨ 1904 ਵਿੱਚ ਹੋਈ। ਔਨ April 26th ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਹੋਸਟਿਡ ਏ ਵਰਕਸ਼ਾਪ ਔਨ ਮਾਈਨੋਰਿਟੀ ਅਵੇਅਰਨੈਸ ਸਕੀਮ, ਇਨ ਵਿੱਚ ਸਰਦਾਰ ਪਰਮਿੰਦਰ ਸਿੰਘ ਗਿੱਲ, ਡੈਪਟੀ ਡਾਇਰੈਕਟਰ ਵੈਲਫੇਅਰ ਆਫ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਐਂਡ ਨੋਡਲ ਆਫਿਸਰ ਆਫ ਨੌਰਥ ਰੀਜਨ, ਗ੍ਰੇਸ ਦੀ ਓਕੇਜ਼ਨ ਐਜ਼ ਅ ਚੀਫ ਗੈਸਟ ਵੇਅਰ ਸਰਦਾਰ ਜਸਪਾਲ ਸਿੰਘ PCS, ਰਿਟਾਇਰਡ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਮਾਈਨੋਰਟੀ ਕਮਿਸ਼ਨ ਵਾਜ਼ ਆਲਸੋ ਪ੍ਰੈਜੈਂਟ। ਦ ਮੇਨ ਮੋਟਿਵ ਆਫ ਦਿਸ ਵਰਕਸ਼ਾਪ ਵਾਸ ਟੂ ਰੇਸ ਦੀ ਸਟੈਂਡਰਡ ਆਫ ਐਜੂਕੇਸ਼ਨ ਇਨ ਦ ਸੁਸਾਇਟੀ। ਸਰਦਾਰ ਨਿਰਮਲ ਸਿੰਘ, ਪ੍ਰੈਜੀਡੈਂਟ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਗ੍ਰੇਸ ਦੀ ਇਵੈਂਟ ਵਿਥ ਇਸ ਪ੍ਰੈਜੈਂਸ। ਮੈਂਬਰ ਇੰਚਾਰਜ ਸਰਦਾਰ ਰਜਿੰਦਰ ਸਿੰਘ ਮਰਵਾਹਾ ਵਾਸ ਆਲਸੋ ਪ੍ਰੈਜੈਂਟ। ਪ੍ਰਿੰਸੀਪਲ ਰਿਪੂ ਦਮਨ ਕਿਮਲ ਉੱਤਰਾ ਵੈਲਕਮ ਆਲ ਦੀ ਗੈਸਟ ਐਂਡ ਕਮੈਂਡਡ ਦੀ ਐਫਰਟ ਟੇਕਨ ਬਾਏ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਫੋਰ ਮਾਈਨੋਰਟੀਜ਼ ਫੋਰ ਦੇਅਰ ਬੈਟਰ ਐਜੂਕੇਸ਼ਨ। ਦੀ ਫੰਕਸ਼ਨ ਵਾਸ ਰੈਪਡ ਬਾਈ ਨੈਸ਼ਨਲ ਐਂਥਮ। ਲੈਟ ਸੀ ਦੀ ਸ਼ਾਰਟ ਫਰੋਮ ਪੰਜਾਬ ਪਲੱਸ ਚੈਨਲ। Instead of this junk food,
Try to do that. Thank you. Good morning, ma'am. But as ever, I always tell you about to take care, first of all, about yourself. Let's start the caring of the whole by caring ourselves, by caring our bodies, by caring our minds, by caring our thoughts. If these three things we will tame, we will keep it in the control, everything will be all right. So children, first of all, as Prabhupada ma'am has told you, start taking care about your body. Why? Not to eat from those joints where you feel that the things are not made properly or hygienically. Secondly, you should take care of your mind. Your thoughts should be pure. Your thoughts should be for the betterment of everything around you. सिमराए प्रभु का सिमरन सब ते ऊंचा प्रभु के सिमरन तृष्णा बुझा प्रभु के सिमरन नाही जम त्रासा प्रभु के सिमरन मन की मल जाए प्रभु जी बसे साध की रसना प्रभु को सिमरे से तन बनते प्रभु को सिमरे से जन परवान प्रभु को सिमरे से प्रभु को सिमरे से बेमोताजे प्रभु को सिमरे से सबस्ति राजे प्रभु को सिमरे से सुखवासी प्रभु को सिमरे सदा ब्यासी सिमरन ते लागे जिन आप दे आला नानक जन के मंगे वाला प्रभु को सिमरे से परोपकारी प्रभु को सिमरन ते सत बलिहारी प्रभु को सिमरे से मुख सुहावे प्रभु को सिमरन ते सुख भावे प्रभु को सिमरे ते आत्म जीता प्रभु को सिमरन ते निर्मल रीता प्रभु को सिमरे ते अंधक नेरे प्रभु को सिमरन हसे हनेरे Thank you.
everyone. A very good morning to all. We like to accord a floral welcome to the chief guest of today, Sardar Parminder Singh Ji Gill, Deputy Director, Welfare of Scheduled Caste and Backward Class, Nodal Officer, North Zone. Sardar Parminder Singh Ji Gill, Deputy Director, Social Welfare Department, cum Nodal Officer, Neurotic Commission, Sardar Surinder Singh Ji, Ramalianwale, Sardar Rajinder Singh Ji, Marwa, Prince Ji, Sardar Sukhvinder Singh Ji, District Social Welfare Officer, Chief Khalsa Diwan, De Skoola to aaye, Principal Sahiban, Ohna de naal, Nodal Officer Sir. Mere to pehla, ਮੈਮ ਨੇ ਮਨੋਰਟੀ ਕਮਿਸ਼ਨ ਬਾਰੇ ਬੜੀ ਬਰੀਫ ਇੰਟਰੋਡਕਸ਼ਨ ਦਿੱਤੀ ਹੈ। ਮੈਂ ਪਹਿਲਾਂ ਆਪਣੇ ਬਾਰੇ ਦੱਸੂੰਗਾ ਕਿ ਮੈਂ ਚੀਫ ਖਾਲਸਾ ਦੀਵਾਨ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਿਊਸ ਹੋਇਆ। ਸਰਦਾਰ ਨਿਰਮਲ ਸਿੰਘ ਨਾਲ ਮੇਰਾ ਕਾਫੀ ਪਿਆਰ ਸੀ। ਇਹਨਾਂ ਨੂੰ ਮੇਰੇ ਪਿਛਲੀ ਸਰਵਿਸ ਬਾਰੇ ਪੂਰੀ ਜਾਣਕਾਰੀ ਸੀ। ਇਹਨਾਂ ਨੇ ਮੈਨੂੰ ਆਫਰ ਕੀਤਾ ਕਿ ਤੁਸੀਂ ਸਾਡੇ ਨਾਲ ਸਾਥ ਦਿਓ, ਅਸੀਂ ਮਨੋਰਟੀ ਕਮਿਸ਼ਨ ਨੂੰ ਉਹਦੀਆਂ ਜੋ ਸਕੀਮਸ ਆ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ। ਚਲੋ ਮੈਂ ਹਾਂ ਜੀ, ਮੈਂ ਆਪਣੀਆਂ ਸੇਵਾਵਾਂ ਸੇਵਾ ਕਰਨ ਨੂੰ ਤਿਆਰ ਹਾਂ ਚੀਫ ਖਾਲਸਾ ਦੀਵਾਨ ਦੀ, ਖਾਸ ਕਰਕੇ ਬੱਚਿਆਂ ਦੀ ਜਿਹੜੇ ਮਨੋਰਟੀ ਕਮਿਸ਼ਨ ਨਾਲ ਤਲਕ ਰੱਖਦੇ ਨੇ। ਅੰਮ੍ਰਿਤਸਰ ਦੇ ਵੈਲਫੇਅਰ ਆਫਿਸਰ, ਮੇਰੇ ਸਾਰੇ ਸਾਥੀ, ਵੱਖੋ ਵੱਖਰੇ ਸਕੂਲਾਂ ਤੋਂ ਆਈਆਂ ਪ੍ਰਿੰਸੀਪਲ, ਬੱਚੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਨੋਰਟੀ ਕਮਿਸ਼ਨ ਆਫ ਇੰਡੀਆ ਜੋ ਸਕੀਮਾਂ, ਜੋ ਬੈਨੀਫਿਟਸ ਸਾਰੇ ਹਿੰਦੁਸਤਾਨ 'ਚ ਦੇ ਰਹੇ ਹਨ, ਅਸੀਂ ਬੜਿਆਂ ਸਾਲਾਂ ਤੋਂ ਉਸ ਤੋਂ ਵਾਂਝੇ ਹਾਂ। ਬੜੂ ਸਾਹਿਬ ਵਾਲੇ ਇਹਦਾ ਫਾਇਦਾ ਉਠਾ ਰਹੇ ਹਨ, ਜਾਂ ਇੱਕ ਦੋ ਸਕੂਲ ਕਾਲਜ ਇਹਦਾ ਬੈਨੀਫਿਟ ਲੈ ਰਹੇ ਹਨ। ਸੈਂਟਰ ਗੌਰਮੈਂਟ ਦੀਆਂ ਬੜੀਆਂ ਸਕੀਮਾਂ ਨੇ ਜਿਹੜੀਆਂ ਬਹੁਤ ਸਾਰੀਆਂ ਲੈਪਸ ਹੋ ਜਾਂਦੀਆਂ ਨੇ। ਅੱਜ ਤੋਂ 20 ਦਿਨ ਪਹਿਲਾਂ ਮੇਰੇ ਬੜੇ ਹੀ ਸਤਿਕਾਰਯੋਗ ਦੋਸਤ ਸਾਧ ਤਰੋਚਨ ਸਿੰਘ ਜੀ, ਜੋ ਮਨੋਰਟੀ ਕਮਿਸ਼ਨ ਆਫ ਇੰਡੀਆ ਦੇ ਚੇਅਰਮੈਨ ਰਹੇ ਨੇ, ਉਹ ਜਲਿਆਂਵਾਲੇ ਬਾਗ ਦੀ ਕਮੇਟੀ ਦੇ ਮੈਂਬਰ ਹਨ, ਅੰਮ੍ਰਿਤਸਰ ਆਏ ਸੀ। ਮੈਨੂੰ ਕਹਿੰਦੇ ਕਿ ਤੁਸੀਂ ਚੀਫ ਖਾਲਸਾ ਦੀਵਾਨ ਵਿੱਚ ਕਿਉਂ ਨਹੀਂ ਬੈਨੀਫਿਟ ਬੱਚਿਆਂ ਨੂੰ ਦਵਾ ਰਹੇ। ਮੈਂ ਕਿਹਾ ਜੀ ਸਾਨੂੰ ਇਹ ਤਾਂ ਕੋਈ ਸਕੀਮ ਦਾ ਪਤਾ ਹੀ ਨਹੀਂ। ਕਹਿੰਦੇ ਮੈਂ ਖਾਲਸਾ ਕਾਲਜ ਦਿੱਲੀ ਦੇ ਕਾਲਜ ਦਾ ਚੇਅਰਮੈਨ ਆ, ਉੱਥੇ ਸਾਰੇ ਬੈਨੀਫਿਟ ਮਨੋਰਟੀ ਦੇ ਉਹਨਾਂ ਬੱਚਿਆਂ ਨੂੰ ਦਵਾ ਰਿਹਾ, ਔਰ ਟੋਟਲੀ ਤਕਰੀਬਨ ਸਾਰੀ ਫੀਸ ਉਹਨਾਂ ਬੱਚਿਆਂ ਦੀ ਗੌਰਮੈਂਟ ਵੱਲੋਂ ਆ ਰਹੀ ਆ। ਉਹਨਾਂ ਬੱਚਿਆਂ ਨੇ ਅੱਗੋਂ ਵੀ ਪੜ੍ਹਨਾ ਹੋਵੇ ਤਾਂ ਵੀ ਬੜੀਆਂ ਸਕੀਮਾਂ ਨੇ। ਪ੍ਰਧਾਨ ਸਾਹਿਬ ਸਰਦਾਰ ਨਿਰਮਲ ਸਿੰਘ ਜੀ, ਉਹਨਾਂ ਦੇ ਸਾਰੇ ਕਮੇਟੀ ਮੈਂਬਰ ਸਾਹਿਬਾਨ, ਸਰਦਾਰ ਜਸਪਾਲ ਸਿੰਘ ਜੀ PCS, ਸਰਦਾਰ ਸੁਰਿੰਦਰ ਸਿੰਘ ਜੀ ਮਾਲਿਆਂਵਾਲੇ, ਜਿਨ੍ਹਾਂ ਦੇ ਅਸੀਂ ਅਕਸਰ TV ਦੇ ਉੱਤੇ ਦਰਸ਼ਨ ਕਰਦੇ ਹਾਂ, ਸਾਨੂੰ ਮੌਕਾ ਮਿਲਿਆ, ਅਸੀਂ ਆਪਣੇ ਆਪ ਨੂੰ ਬਹੁਤ ਭਰਭਾਗੇ ਸਮਝਦੇ ਹਾਂ। ਇਹੋ ਜਿਹੀ ਸੰਸਥਾ ਦੇ ਨਾਲ ਸਾਨੂੰ ਅੱਜ ਵਾਹ ਪਿਆ ਹੈ। ਵਿਸ਼ੇਸ਼ ਤੌਰ ਦੇ ਉੱਤੇ ਮੈਂ ਸਰਦਾਰ ਹਰਭੁਪਿੰਦਰ ਸਿੰਘ ਨੰਦਾ ਜੀ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ, ਉਹਨਾਂ ਦੇ ਵੀ ਧੰਨਵਾਦੀ ਹਾਂ ਜਿਹੜੇ ਸਾਡੇ ਪਿਛਲੇ ਸਮੇਂ ਦੇ ਦੌਰਾਨ ਡਾਇਰੈਕਟਰ ਰਹੇ ਨੇ। ਮੈਂ ਆਪ ਜੀ ਨੂੰ ਵਿਸ਼ੇਸ਼ ਤੌਰ ਦੇ ਉੱਤੇ, ਜਿਹੜਾ ਸਾਡਾ ਡਿਪਾਰਟਮੈਂਟ ਹੈ ਡਾਇਰੈਕਟਰੇਟ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਐਂਡ ਮਨਿਓਰਟੀਜ ਪੰਜਾਬ, ਉਸ ਦੇ ਸੰਬੰਧ ਦੇ ਵਿੱਚ ਆਪ ਜੀ ਨੂੰ ਜਾਣੂ ਕਰਵਾਊਂਗਾ। ਸਾਡੇ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਵੈਲਫੇਅਰ ਦੇ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਉਹਨਾਂ ਦਾ ਵਿੱਦਿਅਕ ਪੱਧਰ, ਸਮਾਜਿਕ ਪੱਧਰ
ਅਤੇ ਆਰਥਿਕ ਪੱਧਰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਕਾਫੀ ਸਕੀਮਾਂ ਦੇ ਵਿੱਚ ਸਾਡੀ ਅਸੀਂ ਆਪਾਂ ਲੀਗਲੀ 100% ਪੰਜਾਬ ਸਰਕਾਰ ਪੇ ਕਰਦੀ ਹੈ, ਕੁਛ ਸਕੀਮਾਂ ਸਾਡੀਆਂ 50% ਸ਼ੇਅਰ ਦੇ ਨਾਲ ਲਾਗੂ ਹੁੰਦੀਆਂ ਨੇ, ਕੁਛ 100% ਜਿਹੜੀਆਂ ਘੱਟ ਗਿਣਤੀ ਵਰਗ ਦੀਆਂ ਨੇ ਉਹ 100% ਜਿਹੜੀਆਂ ਹੈਗੀਆਂ ਨੇ ਕੇਂਦਰ ਸਰਕਾਰ ਦਾ ਹਿੱਸਾ ਹੁੰਦੀਆਂ ਹੈਗੀਆਂ ਨੇ। ਜਿਸ ਤਰ੍ਹਾਂ ਆਪ ਨੂੰ ਪਹਿਲਾਂ ਹੀ ਮੈਡਮ ਨੇ ਦੱਸ ਦਿੱਤਾ ਹੈਗਾ, ਮਨਿਓਰਟੀ ਦੇ ਵਿੱਚ ਇਸ ਟਾਈਮ 6 ਕਮਿਊਨਿਟੀਜ਼ ਆਉਂਦੀਆਂ ਹੈਗੀਆਂ ਨੇ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਚੀਫ ਖਾਲਸਾ ਦੀਵਾਨ ਦੇ ਨਾਲ ਵਿੱਦਿਅਕ ਸੰਸਥਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਤਾਂ ਮੈਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇਹ ਵੀ ਬੇਨਤੀ ਕਰੂੰਗਾ ਕਿ ਇਹ ਸਿੱਖ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਤਹਿਤ ਸਾਡੇ ਨਾਲ ਰਜਿਸਟਰ ਹੋਣਗੀਆਂ, ਉਹ ਇੱਕ ਵੱਖਰਾ ਪ੍ਰੋਸੈਸ ਹੈਗਾ, ਉਸਦੇ ਵਿੱਚ ਫਿਰ ਇਹ ਸਿੱਖ ਐਜੂਕੇਸ਼ਨ ਇੰਸਟੀਟਿਊਸ਼ਨ ਡਿਕਲੇਅਰ ਹੋ ਜਾਣਗੀਆਂ, ਉਹ ਪ੍ਰੋਸੈਸ ਵੱਖਰਾ, ਉਹ ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਦੱਸ ਕੇ ਜਾਊਂਗਾ, ਉਹ ਇਹਨਾਂ ਦੇ ਲੈਵਲ ਦਾ ਕੰਮ ਹੈਗਾ। ਅਤੇ ਜਿਹੜੇ ਵੱਖ ਵੱਖ ਸੰਸਥਾਵਾਂ ਤੋਂ ਪ੍ਰਿੰਸੀਪਲ ਸਾਹਿਬਾਨ ਆਏ ਨੇ, ਵਿਦਿਆਰਥੀ ਸਾਹਿਬਾਨ ਆਏ ਨੇ, ਉਹਨਾਂ ਤੋਂ ਇਸ ਚੀਜ਼ ਦੀ ਮਾਫ਼ੀ ਚਾਹੁੰਦੇ ਹਾਂ, ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ ਹਾਂ, ਅਤੇ ਤੁਸੀਂ ਅੱਜ ਆਏ ਹੋ ਆਪਣਾ ਕੀਮਤੀ ਸਮਾਂ ਕੱਢ ਕੇ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਿਹੜੀਆਂ ਸਕੀਮਾਂ ਤੁਹਾਡੇ ਪੱਧਰ ਦੇ ਉੱਤੇ ਲਾਗੂ ਹੋਣੀਆਂ ਨੇ। ਅਸੀਂ ਵੈਸੇ ਤਾਂ ਆਪਣੀ ਇੱਕ PPT ਤਿਆਰ ਕੀਤੀ ਸੀਗੀ, ਅਸੀਂ ਚਾਹੁੰਦੇ ਸੀਗੇ ਤੁਹਾਨੂੰ ਪ੍ਰੋਜੈਕਟਰ ਦੇ ਉੱਤੇ ਦਿਖਾਈ ਜਾਂਦੀ ਤਾਂ ਉਹ ਜ਼ਿਆਦਾ ਬਿਹਤਰ ਸੀਗਾ, ਬਟ ਅਸੀਂ ਉਹਦੀ ਹਾਰਡ ਕਾਪੀ ਤੁਹਾਨੂੰ ਅੱਜ ਮੁਹੱਈਆ ਕਰਵਾ ਦੇਵਾਂਗੇ। ਤਿੰਨੋਂ ਸਕੀਮਾਂ ਦੀਆਂ ਜਿਹੜੀਆਂ ਸਾਡੀਆਂ ਗਾਈਡਲਾਈਨ ਨੇ ਉਹਨਾਂ ਦੀ ਵੀ ਹਾਰਡ ਕਾਪੀ ਦੇ ਦਾਂਗੇ, ਤੁਸੀਂ ਉਹਦੀਆਂ ਫੋਟੋ ਕਾਪੀਆਂ ਕਰਵਾ ਕੇ ਰੱਖ ਲੈਣੀਆਂ ਨੇ, ਤੁਹਾਨੂੰ ਅਸੀਂ ਆਪਣੇ ਮੋਬਾਈਲ ਨੰਬਰ ਵੀ ਦੇ ਕੇ ਜਾਵਾਂਗੇ ਅਤੇ ਈਮੇਲ ID ਵੀ ਦੇ ਕੇ ਜਾਵਾਂਗੇ, ਤੁਸੀਂ ਉਹਨਾਂ ਈਮੇਲ ID ਦੇ ਉੱਤੇ ਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਮੋਬਾਈਲ ਦੇ ਉੱਤੇ ਵੀ ਜਦੋਂ ਮਰਜ਼ੀ ਕਰ ਲੈਣਾ, ਵੈਸੇ ਜੇ ਈਮੇਲ ID ਦੇ ਉੱਤੇ ਸੰਪਰਕ ਹੋ ਜਾਵੇ ਉਹ ਜ਼ਿਆਦਾ ਬੈਟਰ ਹੈਗਾ, ਜਿਹਦੇ ਨਾਲ ਤੁਹਾਡਾ ਵੀ ਸਮਾਂ ਬਚ ਜੂਗਾ ਅਤੇ ਸਾਡਾ ਵੀ ਸਮਾਂ ਬਚ ਸਕਦਾ ਹੈਗਾ। ਜਿਸ ਤਰ੍ਹਾਂ ਸਭ ਨੂੰ ਪਹਿਲਾਂ ਮੈਂ ਆਪ ਜੀ ਨੂੰ ਦੱਸੂੰਗਾ, ਜਿੱਦਾਂ ਸੰਸਥਾ ਨੇ ਰਜਿਸਟਰਡ ਹੋਣਾ ਹੈਗਾ ਜੀ, ਸੰਸਥਾ ਦੇ ਰਜਿਸਟਰਡ ਹੋਣ ਦੇ ਲਈ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਇੱਕ ਪਰਫਾਰਮਾ ਡਿਵੈਲਪ ਕੀਤਾ ਹੋਇਆ, ਉਹ ਪਰਫਾਰਮਾ ਅਸੀਂ ਤੁਹਾਨੂੰ ਦੇਵਾਂਗੇ, ਜਿਹਦੇ ਵਿੱਚ ਇੰਸਟੀਟਿਊਸ਼ਨ ਦਾ ਨਾਮ ਹੁੰਦਾ ਜੀ ਸਾਰਿਆਂ ਨਾਲੋਂ ਪਹਿਲਾਂ, ਫਿਰ ਉਹਦਾ ਡਾਈਸ ਕੋਡ ਹੁੰਦਾ ਹੈਗਾ, ਅਤੇ ਡਾਈਸ ਕੋਡ ਦੇ ਸੰਬੰਧ ਦੇ ਵਿੱਚ ਮੇਰਾ ਖਿਆਲ ਆ ਵੀ ਕਿਸੇ ਸੰਸਥਾ ਨੂੰ ਕੋਈ ਭੁਲੇਖਾ ਨਹੀਂ ਹੋਊਗਾ, ਜੇਕਰ ਹੈਗਾ ਤਾਂ ਉਹ ਵੀ ਅਸੀਂ ਕਲੀਅਰ ਕਰ ਦਿੰਦੇ ਹਾਂ। ਡਾਈਸ ਕੋਡ ਵੀ ਕੈਸ਼ ਕੋਡ ਜਿਹੜਾ ਹੈਗਾ ਤੁਹਾਨੂੰ ਆਪਣੇ ਬੋਰਡ ਵੱਲੋਂ ਜਿੱਥੇ ਤੁਸੀਂ ਰਜਿਸਟਰਡ ਹੈਗੇ ਹੋ, ਜਿੱਦਾਂ CBSE ਨਾਲ ਤੁਸੀਂ ਫਿਲ ਕਰਕੇ, ਅਸੀਂ ਉਹਦੇ ਵਿੱਚ ਪ੍ਰੀ ਮੈਟ੍ਰਿਕ ਲਈ ਵੱਖਰੀ ਈਮੇਲ ID ਦਿੱਤੀ ਹੋਈ ਆ, ਪੋਸਟ ਮੈਟ੍ਰਿਕ ਲਈ ਵੱਖਰੀ ਈਮੇਲ ID ਦਿੱਤੀ ਆ, ਕੰਟੈਕਟ ਨੰਬਰ ਵੀ ਵੱਖਰਾ ਹੈਗਾ ਜੀ, ਤੁਸੀਂ ਮੇਲ ਕਰਕੇ ਨਾਲ ਮੈਨੂੰ ਫੋਨ 'ਤੇ ਮੈਸੇਜ ਦੇ ਦਿਓ, ਅਸੀਂ ਨਾਲ ਦੀ ਨਾਲ ਇਮੀਡੀਏਟਲੀ ਰਜਿਸਟਰ। ਉਹ ਫਾਰਮ ਦੇਖੋ ਜੀ, ਜਿਹੜਾ ਬੱਚਾ ਹੈਗਾ ਤਾਂ ਤੁਸੀਂ ਹੈਲਪ ਕਰਨੀ ਆ, ਨਹੀਂ ਕਰਨੀ ਫਿਰ ਬੱਚਾ ਆਪੇ ਭਰੂਗਾ ਜੀ। ਇਹਦਾ ਸੇਮ ਸਟੇਟਸ ਦੇ ਉੱਤੇ ਸੇਮ ਪੋਰਟਲ ਦੇ ਉੱਤੇ ਫਾਰਮ ਫਿਲ ਹੁੰਦੇ,
ਬਿਲਕੁਲ ਜੀ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਉੱਤੇ ਹੀ ਹੋਣਾ ਹੈ ਨਾ ਉਹਦੇ ਤੇ ਸਟੂਡੈਂਟਸ ਦਾ ਵੱਖਰਾ ਆਈਡੀ ਹੁੰਦਾ ਨਾ ਕਿ ਜਿਹੜੇ ਸਟੂਡੈਂਟ ਨੇ ਇੰਡੀਵਿਜੁਅਲੀ ਅਪਲਾਈ ਕਰਨਾ ਉਹਦਾ ਵੱਖਰਾ ਆਈਡੀ ਪਾਸਵਰਡ ਵਗੈਰਾ ਹੁੰਦਾ ਬਿਲਕੁਲ ਜੀ ਉਹੀ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਕ ਫੋਨ ਦੇ ਉੱਤੇ ਜਿਹੜਾ ਉਹਦਾ ਯੂਜ਼ਰ ਆਈਡੀ ਪਾਸਵਰਡ ਆਊਗਾ ਜੀ ਉਹ ਤਾਂ ਤੁਸੀਂ ਉਸ ਬੱਚਿਆਂ ਦੀ ਹੈਲਪ ਕਰਨੀ ਹੈ ਜਿਹੜੇ ਛੋਟੇ ਬੱਚੇ ਨੇ ਜੇ ਤੁਸੀਂ ਕਰਨੀ ਚਾਹੁੰਦੇ ਹੋ ਅੱਜ ਦਾ ਜਿਹੜਾ ਪ੍ਰੋਗਰਾਮ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵਿਖੇ ਸਾਡੇ ਡਿਪਾਰਟਮੈਂਟ ਡਾਇਰੈਕਟੋਰੇਟ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਐਂਡ ਮਿਨੋਰਟੀਜ਼ ਵੱਲੋਂ ਉਲੀਕਿਆ ਗਿਆ ਸੀਗਾ ਵਿਸ਼ੇਸ਼ ਤੌਰ ਦੇ ਉੱਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਜੀ ਅਤੇ ਹੋਰ ਸਾਰੇ ਮੈਂਬਰ ਸਾਹਿਬਾਨ ਦੇ ਅਸੀਂ ਬਹੁਤ ਰਿਣੀ ਹਾਂ ਜਿਨ੍ਹਾਂ ਵੱਲੋਂ ਅੱਜ ਇੱਥੇ ਉਚੇਚੇ ਤੌਰ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਜਿਹੜਾ ਲਾਭ ਦਿੱਤਾ ਜਾਂਦਾ ਉਸ ਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਉਲੀਕਿਆ ਗਿਆ ਸੀਗਾ ਜਿਸ ਦੇ ਵਿੱਚ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਵਿੱਦਿਅਕ ਪੱਧਰ ਸਮਾਜਿਕ ਪੱਧਰ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਦੇ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਇਹਨਾਂ ਦੇ ਵਿੱਦਿਅਕ ਅਦਾਰਿਆਂ ਦੇ ਮੁਖੀ ਪ੍ਰਿੰਸੀਪਲ ਸਾਹਿਬਾਨ ਹੋਰ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਪਹਿਲਾਂ ਸੰਸਥਾ ਵੱਲੋਂ ਆਪਣੇ ਆਪ ਨੂੰ ਰਜਿਸਟਰਡ ਕੀਤਾ ਜਾਂਦਾ ਹੈਗਾ ਵਿਸ਼ੇਸ਼ ਤੌਰ ਦੇ ਉੱਤੇ ਉਹਦੇ ਸੰਬੰਧ ਦੇ ਵਿੱਚ ਜਾਣੂ ਕਰਵਾਇਆ ਗਿਆ ਕਿਉਂਕਿ ਜਿਹੜਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਉੱਤੇ ਮਨਿਓਰਟੀ ਸਕਾਲਰਸ਼ਿਪ ਦਾ ਵਿਦਿਆਰਥੀਆਂ ਨੇ ਲਾਭ ਲੈਣਾ ਹੈਗਾ ਉਸ ਦੇ ਲਈ ਇਹ ਜ਼ਰੂਰੀ ਹੈਗਾ ਵੀ ਹਰ ਇੱਕ ਸੰਸਥਾ ਪਹਿਲਾਂ ਰਜਿਸਟਰਡ ਹੋਵੇ ਰਜਿਸਟਰਡ ਹੋਣ ਤੋਂ ਬਾਅਦ ਹੀ ਸੰਸਥਾ ਦੇ ਉੱਤੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਜਿਸ ਤਰ੍ਹਾਂ ਮੁਸਲਮਾਨ ਆ ਉਹ ਵੀ ਭਰ ਸਕਦਾ ਈਸਾਈ ਵੀ ਭਰ ਸਕਦਾ ਅਤੇ ਸਿੱਖ ਹੋਣਾ ਚਾਹੀਦਾ ਇਹ ਆਪਾਂ ਸਾਰਿਆਂ ਨੇ ਜੋ ਪਹਿਲਾਂ ਹੀ ਮਨ ਬਣਾਇਆ ਸਿੱਖੀ ਵਾਸਤੇ ਅਤੇ ਸਿੱਖਿਆ ਵਾਸਤੇ ਜਾਂ ਚੀਫ ਖਾਲਸਾ ਦੀਵਾਨ ਵਾਸਤੇ ਚੀਫ ਖਾਲਸਾ ਦੀਵਾਨ ਵਾਸਤੇ ਇਹ ਬਹੁਤ ਜ਼ਰੂਰੀ ਆ ਸਿੱਖ ਹੋਣਾ ਬਹੁਤ ਜ਼ਰੂਰੀ ਆ ਆਪਾਂ ਤਾਂ ਬੱਚਿਆਂ ਨੂੰ ਮੋੜਦੇ ਪਏ ਹਾਂ ਇਹ ਇੱਕ ਸਾਨੂੰ ਹੋਰ ਸਾਧਨ ਮਿਲੇਗਾ ਬੱਚਿਆਂ ਨੂੰ ਆਪਣੀ ਸਿੱਖੀ ਨਾਲ ਜੋੜਨ ਵਾਸਤੇ ਸੋ ਇਹਦੇ ਵਾਸਤੇ ਪ੍ਰਿੰਸੀਪਲਾਂ ਨੇ ਸਟਿੱਕ ਰਹਿਣਾ ਅਸੀਂ ਆਪਣਾ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨਾ ਸਿੱਖੀ ਨਾਲ ਜੋੜਨਾ ਜੋ ਸਾਡਾ ਉਦੇਸ਼ ਹੈ ਸਿੱਖੀ ਅਤੇ ਸਿੱਖਿਆ ਵਾਲਾ ਚੀਫ ਖਾਲਸਾ ਦੀਵਾਨ ਦਾ ਉਸ ਢੰਗ ਨਾਲ ਅਸੀਂ ਇਹ ਕਰਨਾ ਇਹ ਟੋਟਲੀ ਫ੍ਰੀ ਸਕੂਲ ਹੈ ਸਾਰੇ ਬੱਚਿਆਂ ਲਈ ਕੋਈ ਉਹਨਾਂ ਦਾ ਯੂਨੀਫਾਰਮ ਦਾ ਜਾਂ ਬੁੱਕਸ ਦਾ ਜਾਂ ਫੀਸ ਦਾ ਕੋਈ ਖਰਚਾ ਨਹੀਂ ਹੈ ਅਤੇ ਮੇਰੇ ਸਕੂਲ ਦੇ ਬੱਚੇ ਵੀ ਇਹਦੇ ਲਈ ਅਪਲਾਈ ਕਰ ਸਕਦੇ ਹਾਂਜੀ ਹਾਂਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਮਨਿਓਰਟੀ ਸੈੱਲ ਦੀ ਜਿਹੜੀ ਮੀਟਿੰਗ ਕੀਤੀ ਆ ਉਹਦੇ ਬਾਰੇ ਆਪ ਜੀ ਨੂੰ ਸਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਆਦਿ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਸਰ ਨਿਰਮਲ ਸਿੰਘ ਅੱਜ ਜਿਹੜੀ ਅਸੀਂ ਸਾਡਾ ਅਸੀਂ ਸੈਮੀਨਾਰ ਕਰ ਰਹੇ ਹਾਂ ਉਹਨਾਂ ਦੇ ਸੈਮੀਨਾਰ ਦੇ ਵਿੱਚ ਚੰਡੀਗੜ੍ਹ ਤੋਂ ਗਿੱਲ ਸਾਹਿਬ ਆਏ ਨੇ ਜਿਹੜੀ ਬੱਚਿਆਂ ਦੀ ਸਕੀਮ ਸੈਂਟਰ ਗੌਰਮੈਂਟ ਨੇ ਸਿੱਖ ਮਨੋਰਿਟੀਜ਼ ਵਾਸਤੇ ਰੱਖੀ ਆ ਅੱਜ ਅਸੀਂ ਉਸ ਬਾਰੇ ਦੇ ਵਿੱਚ ਉਹਨਾਂ ਕੋਲ ਜਾਣਕਾਰੀ ਲੈਣ ਵਾਸਤੇ ਸਾਰੇ ਪ੍ਰਿੰਸੀਪਲਾਂ ਨੂੰ ਸੱਦਿਆ ਨਾਲ ਉਹਨਾਂ ਦੇ ਇੱਕ ਇੱਕ ਹੈਲਪਰ ਆਏ ਨੇ ਕੋਈ ਸਾਡੇ ਹੈੱਡ ਕਲਰਕ ਨੇ ਕੁਝ ਕਲਰਕ ਨੇ ਕੁਝ ਬੱਚੇ ਜਿਹੜੇ ਸਟੈਨੋ ਨੇ ਉਹ ਨਾਲ ਆਏ ਨੇ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ
ਤਾਂ ਕਿ ਉਹਨਾਂ ਨੂੰ ਮਿਨੋਰਟੀਜ਼ ਵਾਸਤੇ ਜਿਹੜੇ ਬੈਨੀਫਿਟ ਆਲ ਇੰਡੀਆ ਦੇ ਵਿੱਚ ਮਿਨੋਰਟੀ ਕਮਿਊਨਿਟੀ ਨੂੰ ਮਿਲ ਰਹੇ ਨੇ ਉਹ ਸਾਨੂੰ ਲੈਣੇ ਚਾਹੀਦੇ ਨੇ। ਅਸੀਂ ਕਾਫੀ ਦੇਰ ਤੋਂ ਇਸ ਤੋਂ ਵਾਂਝੇ ਹਾਂ। ਸਾਡੇ ਬੱਚਿਆਂ ਨੂੰ ਪੰਜਾਬ ਦੇ ਵਿੱਚ, ਅਸੀਂ ਹਿੰਦੁਸਤਾਨ ਦੇ ਵਿੱਚ ਸਿੱਖ ਮਿਨੋਰਿਟੀ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਹੜੇ ਮਿਨੋਰਟੀ ਦੇ ਬੈਨੀਫਿਟ ਨੇ ਸਾਡੇ ਬੱਚਿਆਂ ਨੂੰ ਮਿਲ। ਚੀਫ ਖਾਲਸਾ ਦੀਵਾਨ ਦੇ ਬੱਚੇ ਸਿੱਖੀ ਨਾਲ ਜੁੜੇ ਹੋਏ ਨੇ, ਜਦੋਂ ਇਹਨਾਂ ਬੱਚਿਆਂ ਨੂੰ ਜਿਹੜੇ ਬੈਨੀਫਿਟ ਮਿਲਣਗੇ ਇਹ ਸਿੱਖੀ ਨਾਲ ਹੋਰ ਜੁੜਨਗੇ। ਸਿੱਖ ਮਿਨੋਰਟੀ ਵਾਸਤੇ ਅਸੀਂ ਸਾਰਾ ਉਪਰਾਲਾ ਕਰ ਰਹੇ ਹਾਂ। ਸਿੱਖ ਬੱਚਿਆਂ ਨੂੰ ਇਹ ਜੋ ਵਿੱਦਿਆ ਹਾਸਲ ਕਰ ਰਹੇ ਨੇ ਉਹਦੇ ਵਾਸਤੇ ਅਗਰ ਗਵਰਨਮੈਂਟ ਕੁਝ ਗਰੀਬ ਬੱਚਿਆਂ ਨੂੰ ਏਡ ਦਿੰਦੀ ਆ ਤਾਂ ਸਾਨੂੰ ਉਹਦਾ ਬੈਨੀਫਿਟ ਲੈਣਾ ਚਾਹੀਦਾ। ਚੀਫ ਖਾਲਸਾ ਦੀਵਾਨ ਉਹਦਾ ਬੈਨੀਫਿਟ ਜ਼ਰੂਰ ਲਏਗਾ। ਇਸ ਬੈਨੀਫਿਟ ਨੂੰ ਲੈਣ ਵਾਸਤੇ ਜੋ ਖਰਚਾ ਹੋਏਗਾ ਚੀਫ ਖਾਲਸਾ ਦੀਵਾਨ ਕਰੇਗਾ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਦੇ ਕੈਂਪਸ ਤੋਂ ਰਿਪੂ ਦਮਨ ਗੱਲ ਕਰ ਰਹੀ ਹਾਂ ਜੀ। ਆਈ ਐਮ ਪ੍ਰਿੰਸੀਪਲ ਹੇਅਰ ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਦੇ ਅੰਦਰ ਹੋਏ ਇੱਕ ਸੈਮੀਨਾਰ ਦੇ ਬਾਰੇ ਵਿੱਚ, ਜਿਹੜਾ ਕਿ ਚੀਫ ਖਾਲਸਾ ਦੀਵਾਨ ਦੇ ਵੱਲੋਂ ਸਰਦਾਰ ਨਿਰਮਲ ਸਿੰਘ ਜੀ ਦੀ ਸਰਪ੍ਰਸਤੀ ਵਿੱਚ ਹੋਇਆ। ਇਸ ਸੈਮੀਨਾਰ ਦੀ ਖਾਸੀਅਤ ਇਹ ਰਹੀ ਕਿ ਇਸ ਦੇ ਵਿੱਚ ਇੱਕ ਵਾਰ ਫਿਰ ਤੋਂ ਚੀਫ ਖਾਲਸਾ ਦੀਵਾਨ ਵੱਲੋਂ ਬੱਚਿਆਂ ਦੇ ਬਹੁਤ ਹੀ ਵਧੀਆ ਭਵਿੱਖ ਦੇ ਬਾਰੇ ਵਿੱਚ ਇੱਕ ਨਵੀਂ ਯੋਜਨਾ ਦਾ ਜਿਹੜਾ ਉਹ ਧਿਆਨ ਰੱਖ ਕੇ ਅਸੀਂ ਇੱਕ ਸੈਮੀਨਾਰ ਕਰਾਇਆ। ਇਹਦੇ ਵਿੱਚ ਅਸੀਂ ਮਿਨੋਰਿਟੀ ਕਮਿਸ਼ਨ ਵੱਲੋਂ ਸਰਦਾਰ ਪਰਮਿੰਦਰ ਸਿੰਘ ਜੀ ਗਿੱਲ ਨੂੰ ਬੁਲਾਇਆ ਔਰ ਉਹ ਚੰਡੀਗੜ੍ਹ ਤੋਂ ਸਾਡੇ ਕੋਲ ਆਏ, ਜਿਹੜੇ ਕਿ ਉੱਥੇ ਡਿਪਟੀ ਡਾਇਰੈਕਟਰ ਐਂਡ ਨੋਡਲ ਆਫਿਸਰ ਫੋਰ ਦਿਸ ਮਿਨੋਰਿਟੀ ਕਮਿਸ਼ਨ ਨੇ। ਉਹਨਾਂ ਦਾ ਇੱਥੇ ਆਉਣਾ ਸਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋਇਆ, ਕਿਉਂਕਿ ਸਾਨੂੰ ਕਦੇ ਵੀ ਇਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਨਹੀਂ ਸੀ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਫੀਸ ਤੋਂ ਇਲਾਵਾ ਜੇ ਕੋਈ ਸਕੋਲਰਸ਼ਿਪ ਦੇ ਸਕਦੇ ਹਾਂ ਤਾਂ ਸਾਨੂੰ ਗਵਰਨਮੈਂਟ ਕਿੱਥੇ ਕਿੱਥੇ ਮਦਦ ਕਰ ਸਕਦੀ ਹੈ। ਅੱਜ ਬੜਾ ਹੀ ਡਿਟੇਲ ਦੇ ਵਿੱਚ ਸਰ ਨੇ ਦੱਸਿਆ ਔਰ ਇਸ ਸਾਰੇ ਉਪਰਾਲੇ ਦੇ ਪਿੱਛੇ ਚੀਫ ਖਾਲਸਾ ਦੀਵਾਨ ਦੇ ਜਿਹੜੇ ਸਰਪ੍ਰਸਤ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਜਿਹੜੇ ਹਨ ਉਹਨਾਂ ਦਾ ਬਹੁਤ ਹੀ ਉਪਰਾਲਾ ਇਹ ਰਿਹਾ ਹੈ। ਉਹਨਾਂ ਨੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੇ ਵਾਸਤੇ ਬਹੁਤ ਅੱਛੀ ਯੋਜਨਾ ਤਿਆਰ ਕੀਤੀ ਹੈ, ਜਿਹਦੇ ਵਾਸਤੇ ਅੱਜ ਤਕਰੀਬਨ ਇੱਥੇ 35 ਸਕੂਲ ਦੇ ਪ੍ਰਿੰਸੀਪਲ ਔਰ ਉਹਨਾਂ ਦੇ ਨਾਲ ਉਹਨਾਂ ਦੇ ਹੀ ਸਕੂਲ ਤੋਂ ਨਿਯੁਕਤ ਕੀਤੇ ਹੋਏ ਨੋਡਲ ਆਫਿਸਰਸ ਵਰ ਹੇਅਰ ਔਰ ਸਭ ਨੇ ਉਮੀਦ ਹੈ ਕਿ ਬਹੁਤ ਅੱਛੀ ਤਰ੍ਹਾਂ ਨਾਲ ਇਸ ਸੈਮੀਨਾਰ ਇਸ ਵਰਕਸ਼ਾਪ ਦਾ ਆਨੰਦ ਵੀ ਮਾਣਿਆ ਔਰ ਆਪਣੀ ਇੱਕ ਅੱਛੀ ਇਨਫੋਰਮੇਸ਼ਨ ਗੈਦਰ ਕੀਤੀ ਔਰ ਉਮੀਦ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਪਣੇ ਬੱਚਿਆਂ ਦੇ ਵਾਸਤੇ ਜਿਹੜੇ ਕਿ ਲੋਅ ਇਨਕਮ ਫੈਮਿਲੀਜ਼ ਤੋਂ ਨੇ ਉਹਨਾਂ ਵਾਸਤੇ ਇੱਕ ਬਹੁਤ ਅੱਛਾ ਰਸਤਾ ਹੋਏਗਾ ਕਿ ਉਹਨਾਂ ਦੀ ਪੜ੍ਹਾਈ ਕਦੀ ਨਾ ਰੁਕੇ ਬਲਕਿ ਉਹਨਾਂ ਨੂੰ ਇੱਕ ਸਟਾਈਫੰਡ ਦੇ ਤੌਰ 'ਤੇ ਗਵਰਨਮੈਂਟ ਵੱਲੋਂ ਹੀ ਸਰਦਾਰ ਨਿਰਮਲ ਸਿੰਘ ਜੀ ਦੀ ਅਗਵਾਈ ਹੇਠ ਬੱਚਿਆਂ ਦੇ ਭਵਿੱਖ ਨੂੰ ਅਸੀਂ ਸੰਵਾਰ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਭ ਨੂੰ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਜੀ ਆਇਆਂ ਨੂੰ ਵੀ ਜੀ, ਥੈਂਕ ਯੂ ਸੋ ਮੱਚ।